ਔਰ ਉਸਤਾਦ ਜੀ ਕਾਲੂ ਦੀ ਸੁਣਾ ਉਸਤਾਦ ਜੀ ਕਾਲੂ ਠੀਕ ਠਾਕ ਆ ਆਪਣਾ ਕਾਲਾ ਕਬੂਤਰ ਠੀਕ ਠਾਕ ਆ ਰਾਜੀ ਆ हाँ जी दोस्तों मिस्त्रियों को थोड़ा जा टाइम कट के डेरे आया स्पेशल सरदार साहब जी थोड़े वास्ते डेरे आया तुसी कबूतर दा जेड़ दा पूछ रहे हो वो भी थोड़ा जा क्लिप ला दें कालू दी थोड़ी जी वीडियो लाने अज दे विच ओ कालू दे अगू पिछे उट जा कबूतरा ऐस माशाल्लाह जी काला कबूतर है सामने उस्ताद बैठे जे दोस्तां दीआं कालां ते मैस बिस्मिल्लाह रहमान रहीम अस्सलाम अलैकुम जी उम्मीद करने आ तुसी बिल्कुल ठीक ठाक होवोगे अल्लाह पाक तुहानू खुश ते आबाद रखे हसदियां मुस्कुरांदियां रखे ते इसे दुआ दे नाल अज दी वीडियो कर लैने शुरू जितने भी दोस्त चैनल ते नए ने चैनल नू सबसक्राइब करन वीडियो नू लाइक भी करो दोस्तों विच भी शेयर करो ते माशाल्लाह देखो कितने प्यारे माल्टे लगे ने ते बाकी छोटी जी वीडियो बनाने का मकसद ये है कि कुकड़ियाँ जो एक छोटा जा कमरा बनाया आया ये तो हम दिखाने थोड़ा करीब तू जा के है थोड़ा जड़ा ये इधर काम रहा वो भी काम मुकम्मल हो रहा है फिर तुम्हें दोबारा भी दसा दे ते कैमरे का रूफ द्वारा चेंज करिए तो दसीए सब तो पहला तो अंदरों दिखाने चेक करो छत ਇਹਦਾ ਗਰਮੀਆਂ ਵਿੱਚ ਬਹੁਤ ਹੀ ਠੰਡਾ ਰਵੇ ਕਰੇਦਾ ਹੈ ਛੱਤ ਨਾ ਇਹ ਦੇਖੋ ਮਾਸ਼ਾਅੱਲਾ ਜੀ ਇਸ ਸਾਈਡ ਤੇ ਜਾਲੀ ਜੇ ਤੇ ਕਿਉਂਕਿ ਲੋਹੇ ਦੀ ਜਾਲੀ ਤੇ ਜ਼ਿਆਦਾ ਵਜ਼ਨ ਨਾ ਪਵੇ ਤਾਂ ਵਾਸਤੇ ਇਹ ਜਿਹੜਾ ਟੇਕੀਆਂ ਵੀ ਲਾ ਦਿੱਤੀਆਂ ਨੇ ਇਹ ਦੇਖੋ ਬਾਕੀ ਹੈ ਠੀਕ ਹੈ ਅਤੇ ਇਹ ਟੇਕੀਆਂ ਵੀ ਲੱਗੀਆਂ ਰਹਿੰਦੀਆਂ ਅਤੇ ਬੜਾ ਅੱਛਾ ਖੁੱਡਾ ਬਣ ਗਿਆ 3 ਫੁੱਟ ਲੰਬਾਈ ਹੈ ਇਹਦੀ ਦੇਖੋ ਹੈ ਕਾਫੀ ਲੰਬਾ ਮਾਸ਼ਾਅੱਲਾ ਅਤੇ ਥੋੜ੍ਹੀ ਦੇ ਵਿੱਚ ਮਿੱਟੀ ਸੱਟਾਂਗੇ ਬਾਕੀ ਖਿੜਕੀ ਹੈ ਛੋਟਾ ਜਿਹਾ ਦਰਵਾਜ਼ਾ ਲੱਗਿਆ ਮੁਰਗੀਆਂ ਇਹਦੇ ਵਿੱਚੋਂ ਬਾਹਰ ਫਿਰਨ ਟੁਰਨ ਦੀਆਂ ਚੁਗਨ ਦੀਆਂ ਉਹ ਜਿਹੜਾ ਦਰਵਾਜ਼ਾ ਹੈ ਉਹਨੂੰ ਖੋਲ੍ਹਣ ਦੀ ਲੋੜ ਨਹੀਂ ਪੈਣ ਲਈ ਕਰਨ ਲਈ ਇਹ ਜਿਹੜਾ ਪਿਛਲੇ ਟਾਈਮ ਦਰਵਾਜ਼ਾ ਬੰਦ ਕਰ ਦਿੱਤਾ ਆ ਕੇ ਅਤੇ ਸੁਬਹਾ ਖੋਲ੍ਹ ਸੁੱਟਿਆ ਅਤੇ ਰਾਤੀ ਯਾਦ ਨਾਲ ਬੰਦ ਕਰਨਾ ਪਵੇਗਾ ਕਿਉਂਕਿ ਬਿੱਲੀ ਛਿੱਲੀ ਦਾ ਹਮਲਾ ਬਿੱਲੇ ਦਾ ਹੋ ਸਕਦਾ ਅਤੇ ਬਾਕੀ ਜਿਹੜਾ ਤੁਹਾਨੂੰ ਟੇਕੀਆਂ ਸਪੋਟਾਂ ਲਾਈਆਂ ਨੇ ਇਹ ਬਾਹਰੋਂ ਵੀ ਦਿਖਾ ਦਿੰਦੇ ਹਾਂ ਇਹ ਜੀ ਠੀਕ ਹੈ ਦੇਖੋ ਅਤੇ ਬੜੀ ਖੂਬਸੂਰਤੀ ਵੀ ਬਣ ਗਈ ਹੈ ਅਤੇ ਬਾਕੀ ਹੈ ਨਿੰਬੂ ਲੱਗੇ ਜੇ ਬਾਕੀ ਜਿਹੜਾ ਉਹ ਪਰਬਤ ਵਾਲੀ ਦੀਵਾਰ ਉਹ ਵੀ ਮਿਸਤਰੀ ਅੱਜ ਬਾਹਰੋਂ ਪਲਸਤਰ ਕਰਨ ਲਏ ਨੇ ਅਤੇ ਬਾਕੀ ਜਿਹੜਾ ਉਹ ਦੀਵਾਰ ਥੋੜ੍ਹੀ ਜਿਹੀ ਪਲਸਤਰ ਹੋਣਾ ਰਹਿ ਗਈ ਹੈ ਬਾਹਰੋਂ ਅੱਜ ਕਰ ਰਹੇ ਨੇ ਅੰਦਰੋਂ ਅੰਦਰ ਵਾਲੀ ਸਾਈਡ ਸ਼ਾਇਦ ਕੱਲ੍ਹ ਹੋ ਜੇ ਅਤੇ ਬਾਕੀ ਹੈ ਛਾਤੀ ਦਾ ਥੋੜ੍ਹਾ ਮਿੱਟੀ ਪਾ ਕੇ ਉੱਤੇ ਸੀਮਟ ਰੇਤ ਬਜਰੀ ਸ਼ਾਇਦ ਪਾ ਦਈਏ ਅਤੇ ਮਾਸ਼ਾਅੱਲਾ ਦੇਖੋ ਜੀ ਬਿਲਕੁਲ ਤਾਜ਼ੀਆਂ ਮੂਲੀਆਂ ਲੱਗੀਆਂ ਨੇ ਅਤੇ ਬਾਕੀ ਹੈ ਪਿਆਜ਼ ਥੋਮ ਇਹ ਦੇਖੋ ਮਾਲਟੇ ਲੱਗੇ ਨੇ ਠੀਕ ਹੈ ਅਤੇ ਬਾਕੀ ਤੁਹਾਨੂੰ ਦੱਸਣੇ ਆ ਚੱਲ ਕੇ ਉੱਧਰੋਂ ਵੀ ਦੀਵਾਰ ਰੂਹ ਖੁਸ਼ ਹੋ ਜਾਂਦੀ ਹੈ ਸਬਜ਼ਾ ਦੇਖ ਕੇ ਠੀਕ ਹੈ
ਇਹ ਸਾਊ ਬੇਰ ਲੱਗੇ ਜੇ ਮਾਸ਼ਾ ਅੱਲਾ ਕੀ ਜ਼ਰਾ ਛੋਟੇ ਨੇ ਇਸ ਵੇਲੇ ਪੱਕਣ ਦੇ ਤਾਂ ਫਿਰ ਇਨਸ਼ਾਅੱਲਾ ਇਹ ਖਾਵਾਂਗੇ ਬੜੇ ਮਜ਼ੇਦਾਰ ਇਹ ਚੰਗੇ ਵੱਡੇ ਵੱਡੇ ਹੋ ਜਾਂਦੇ ਨੇ ਅਤੇ ਬਾਕੀ ਦੇਖੋ ਇਹ ਨਿੰਬੂਆਂ ਦੇ ਬੂਟੇ ਨੇ ਅਤੇ ਬਾਕੀ ਤੁਹਾਨੂੰ ਉੱਧਰ ਦੱਸਣੇ ਆ ਇਹ ਕੈਮਰਾ ਜਿਹੜਾ ਇਹ ਜ਼ਰਾ ਛੁਪਾ ਕੇ ਉਹਲੇ ਰੱਖ ਜਾਈਏ ਕਿਉਂਕਿ ਅਸੀਂ ਉੱਧਰ ਪਿਛਲੀ ਸਾਈਡ 'ਤੇ ਹਾਂ ਮਿਸਤਰੀਆਂ ਵੱਲ ਅਤੇ ਉਹ ਫਿਰ ਕੋਈ ਇਹ ਕਿ ਇੱਧਰ ਜ਼ਰਾ ਹਫਾਜ਼ਤ ਵਿੱਚ ਪਿਆ ਰਹੇਗਾ ਅਤੇ ਇਹ ਸਾਹਮਣੇ ਦੇਖੋ ਕਬੂਤਰ ਦਾਣਾ ਪੇ ਚੁਗਦੇ ਨੇ ਸਾਹਮਣੇ ਅਤੇ ਬੜਾ ਹੀ ਪਿਆਰਾ ਮੌਸਮ ਹੈ ਅੱਜ ਅਤੇ ਬਾਕੀ ਜਿਹੜਾ ਇਹ ਕੁੱਤਾ ਵੱਜੇ ਹੈ ਸਾਹਮਣੇ ਠੀਕ ਹੋ ਗਿਆ ਅਤੇ ਬੜਾ ਹੀ ਪਿਆਰਾ ਮੌਸਮ ਹੈ ਅੱਜ ਤੁਹਾਨੂੰ ਹੁਣ ਉੱਧਰ ਬੈਕ ਸਾਈਡ 'ਤੇ ਲੈ ਚੱਲਣੇ ਆ ਮਿਸਤਰੀ ਉੱਧਰ ਦੁਆਰ ਪਲਸਤਰ ਕਰ ਰਹੇ ਨੇ ਅਤੇ ਉਹ ਤੁਹਾਨੂੰ ਜਾ ਕੇ ਦੱਸਣੇ ਆ ਨਹੀਂ ਬੜੀ ਅੱਛੀ ਫਿਲਮ ਉੱਧਰ ਟੇਕੀਆਂ ਦੀ ਬਣਾਈ ਹੈ ਨਾ ਉੱਧਰ ਟੇਕੀਆਂ ਨਹੀਂ ਲਾਈਆਂ ਉਹ ਬੜੀਆਂ ਵਧੀਆ ਉਹਨਾਂ ਲਾਈਆਂ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਅਤੇ ਦੋਸਤੋ ਪਹਿਲਾਂ ਵਲਗਨ ਵਿੱਚੋਂ ਇੱਥੇ ਡੇਰੇ ਆਏ ਹਾਂ ਇੱਥੋਂ ਇੱਕ ਦੋ ਕੰਮ ਜਾਣੇ ਨੇ ਅਤੇ ਤਾਂ ਵਾਸਤੇ ਆਖਿਆ ਆਪਣੇ ਦੋਸਤਾਂ ਭਰਾਵਾਂ ਕੋਲੋਂ ਇਜਾਜ਼ਤ ਲੈ ਲਈਏ ਅੱਜ ਦੀ ਵੀਡੀਓ ਇਤਨੀ ਹੋਵੇਗੀ ਅਤੇ ਅਗਰ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਉਸ ਵੇਲੇ ਤੱਕ ਰੱਬ ਰਾਖਾ ਅਤੇ ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਵੀ ਖਤਮ ਕਰ ਦਿੰਦੇ ਹਾਂ ਅਤੇ ਅਗਲੀ ਵੀਡੀਓ ਵਿੱਚ ਇਨਸ਼ਾਅੱਲਾ ਫਿਰ ਮਿਲਾਂਗੇ ਅਤੇ ਉਸ ਵੇਲੇ ਤੱਕ ਫਿਰ ਅੱਲਾਹ ਹਾਫਿਜ਼।